ਹੁਣ ਗੱਲ ਕਰਾਂਗੇ ਉਹਨਾਂ ਦੋ ਨੌਜਵਾਨਾਂ ਦੀ ਜਿਹੜੇ ਲੁਧਿਆਣੇ ਦੇ ਇੱਕ ਪਿੰਡ ਦੇ ਰਹਿਣ ਵਾਲੇ ਨੇ ਪਿਛਲੇ ਦਿਨੀ ਦਰਿਆ ਦੇ ਪਾਣੀ ਦੇ ਵਿੱਚ ਹੜ੍ਹ ਦੇ ਪਾਣੀ ਦੇ ਵਿੱਚ ਰੁੜਕਿਓ ਪਾਕਿਸਤਾਨ ਵਾਲੇ ਚਲੇ ਪਾਕਿਸਤਾਨ ਵਾਲੇ ਪਾਸੇ ਚਲੇ ਗਏ ਬੜੀ ਹੈਰਾਨੀਜਨਕ ਘਟਨਾ ਵਾਪਰੀ ਹੈ ਤੇ ਰਾਹਤ ਦੀ ਗੱਲ ਇਹ ਹੈ ਕਿ ਪਾਣੀ ਦੇ ਵਿੱਚ ਰੁੜਕੇ ਭਾਵੇਂ ਪਾਕਿਸਤਾਨ ਤੱਕ ਚਲੇ ਗਏ ਪਰ ਉਹਨਾਂ ਦੀ ਜਾਨ ਬਚ ਗਈ ਜਾਨ ਜਿਹੜੀ ਉਹਨਾਂ ਦੀ ਇਸ ਪਾਣੀ ਦੇ ਵਿੱਚ ਨਹੀਂ ਗਈ ਇਹ ਵੱਡੀ ਰਾਹਤ ਦੀ ਗੱਲ ਹੈ ਤੇ ਹੁਣ ਪਾਕਿਸਤਾਨ ਇਹਨਾਂ ਦੋਵੇਂ ਨੌਜਵਾਨਾਂ ਨੂੰ 2 ਅਗਸਤ ਨੂੰ ਵਾਪਸ ਕਰੇਗਾ ਸੋ ਭਾਵੇਂ ਦਰਿਆ ਦੇ ਪਾਣੀ ਦੇ ਵਿੱਚ ਪਾਕਿਸਤਾਨ ਚਲੇ ਗਏ ਥੋੜੀ ਬਹੁਤੀ ਮੁਸ਼ਕਲ ਉਹਨਾਂ ਨੂੰ ਉੱਥੇ ਜ਼ਰੂਰ ਆਈ ਹੈ ਜਿਹੜੇ ਉੱਥੋਂ ਦੇ ਰੇਂਜਰ ਨੇ ਪਾਕਿਸਤਾਨੀ ਰੇਂਜਰ ਨੇ ਪਾਕਿਸਤਾਨ ਦੀ ਪੁਲਿਸ ਹੈ ਫੌਜ ਅਧਿਕਾਰੀ ਨੇ ਉਹਨਾਂ ਦੀ ਪੁੱਛਗਿੱਛ ਦਾ ਵੀ ਸਾਹਮਣਾ ਕਰਨਾ ਪਿਆ ਹੈ ਪਰ ਜਾਨ ਤਾਂ ਬਚ ਗਈ ਹੈ ਆਪਣੇ ਘਰੇ ਤਾਂ ਆ ਜਾਣਗੇ ਸਭ ਤੋਂ ਵੱਡੀ ਰਾਹਤ ਦੀ ਗੱਲ ਹੈ ਹਫ਼ਤਾ ਪਹਿਲਾਂ ਇਹ ਦੋਵੇਂ ਹੜ੍ਹ ਦੇ ਪਾਣੀ ਝੁਰੜ ਕੇ ਪਾਕਿਸਤਾਨ ਦੇ ਇਲਾਕੇ 'ਚ ਦਾਖਲ ਹੋ ਗਏ ਸਨ ਜਿੱਥੇ ਇਹਨਾਂ ਨੂੰ ਪਾਕਿਸਤਾਨੀ ਰੇਂਜਰਾਂ ਨੇ ਹਿਰਾਸਤ ਵਿੱਚ ਲੈ ਲਿਆ ਸੀ ਹੁਣ ਇਹਨਾਂ ਨੌਜਵਾਨਾਂ ਦੀ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਹੈ ਦਰਅਸਲ ਭਾਰਤੀ ਪਾਕਿਸਤਾਨੀ ਰੇਂਜਰਾਂ ਦੇ ਵਿਚਾਲੇ ਤਾਜ਼ਾ ਫਲੈਗ ਮੀਟਿੰਗ ਹੋਈ ਹੈ ਜਿਸ ਵਿੱਚ ਨੌਜਵਾਨਾਂ ਦੀ ਵਾਪਸੀ ਲਈ ਸਹਿਮਤੀ ਬਣੀ ਹੈ ਇਸ ਤੋਂ ਪਹਿਲਾਂ ਵੀ ਇੱਕ ਮੀਟਿੰਗ ਹੋਈ ਸੀ ਲੁਧਿਆਣਾ ਦੇ ਕਸਬਾ ਸਿੱਧਵਾਂ ਬੇਟ ਚ ਪੈਂਦੇ ਪ ਪਾਲ ਸਿੰਘ ਉਮਰ 25 ਸਾਲ ਹਰਵਿੰਦਰ ਸਿੰਘ ਉਮਰ 26 ਸਾਲ ਇਹ 2 ਅਗਸਤ ਨੂੰ ਹੁਸੈਨੀਵਾਲਾ ਸਰਹੱਦ ਰਾਹੀਂ ਭਾਰਤ ਪਹੁੰਚਣਗੇ ਬੀਐਸਐਫ ਦੇ ਅਧਿਕਾਰੀਆਂ ਨੇ ਪਰਿਵਾਰ ਅਤੇ ਪਿੰਡ ਦੇ ਸਰਪੰਚ ਜਸਵੀਰ ਸਿੰਘ ਤੇ ਨਾਰ ਸਿੰਘ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ 2 ਤੋਂ ਲੈ ਕੇ 4 ਜੁਲਾਈ ਤੱਕ ਸੂਬੇ ਦੇ ਵਿੱਚ ਮੀਂਹ ਦਾ yellow alert ਫੇਰ ਤੋਂ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਅੱਜ ਅਤੇ ਕੱਲ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਜਤਾਈ ਗਈ ਸੀ ਪਰ 2 ਅਗਸਤ ਤੋਂ ਮੌਸਮ ਦੇ ਵਿੱਚ ਫਿਰ ਤੋਂ ਬਦਲਾ ਆਵੇਗਾ ਕੱਲ ਨੂੰ 1 ਅਗਸਤ ਹੈ ਨਵਾਂ ਮਹੀਨਾ ਚੜ੍ਹ ਜੂਗਾ ਤੇ ਕੱਲ ਨੂੰ ਸਾਰੇ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕਾ ਮੀਂਹ ਦੱਸਿਆ ਗਿਆ ਉਹ ਵੀ ਪੈ ਸਕਦਾ ਜਾਂ ਨਹੀਂ ਵੀ ਪੈ ਸਕਦਾ ਜਦਕਿ 2 ਤੋਂ ਲੈ ਕੇ 4 ਅਗਸਤ ਤੱਕ ਸੂਬੇ ਦੇ ਵਿੱਚ ਗਰਜ ਚਮਕ ਦੇ ਨਾਲ ਭਾਰੀ ਮੀਂਹ ਦਾ yellow alert ਹੈ 2 ਅਗਸਤ ਨੂੰ ਮਾਝਾ ਦੋਆਬਾ ਤੇ ਪੂਰਬੀ ਮਾਲਵਾ ਦੇ ਕੁਝ ਖੇਸਿਆਂ ਦੇ ਵਿੱਚ ਮੀਂਹ ਹੈ ਪੱਛਮੀ ਮਾਲਵਾ ਚ ਕਿਤੇ ਕਿਤੇ ਮਹੀਦੀ ਭੁਖ ਬਾਣੀ ਹੈ ਤੇ ਸਤਲੁਜ ਤੇ ਖੱਗਰ ਤੋਂ ਬਾਅਦ ਹੁਣ ਬਿਆਸ ਦਰਿਆ ਵੀ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਨੇੜ ਦੇ ਨੇੜਲੇ ਪਿੰਡਾਂ ਦੇ ਵਿੱਚ yellow alert ਜਾਰੀ ਕੀਤਾ ਗਿਆ ਜੇ ਪਾਣੀ ਇਸੇ ਤਰ੍ਹਾਂ ਵੱਧਦਾ ਰਿਹਾ ਤਾਂ ਆਉਣ ਵਾਲੇ ਦਿਨਾਂ ਚ ਨਵੇਂ ਇਲਾਕਿਆਂ 'ਚ ਹੜ੍ਹ ਆ ਜਾਣਗੇ ਸੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਇਹ ਮੁਸੀਬਤ ਕਦੋਂ ਮੁੱਕੂਗੀ ਕਦੋਂ ਇਹ ਸਾਰਾ ਕੁਝ ਠੀਕ ਹੋਊਗਾ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਪਾਣੀ ਦਰਿਆਵਾਂ ਦੇ ਵਿੱਚੋਂ ਓਵਰਫਲੋ ਹੋ ਕੇ ਲਗਾਤਾਰ ਲੋਕਾਂ ਦੇ ਰਹਿਣ ਵਾਲੇ ਆ ਥਾਵਾਂ ਤੇ ਰਹਾਇਸ਼ੀ ਇਲਾਕਿਆਂ ਦੇ ਵਿੱਚ ਅਤੇ ਪਿੰਡਾਂ ਦੇ ਖੇਤਾਂ ਦੇ ਵਿੱਚ ਪਹੁੰਚ ਰਿਹਾ ਹੈ ਸ਼ਹਿਰਾਂ ਤੱਕ ਵੀ ਮਾਰ ਕਰ ਰਿਹਾ ਹੈ ਪਾਖੜਾ ਡੈਮ ਦੇ ਵਿੱਚ ਅੱਜ ਪਾਣੀ ਦਾ ਪੱਧਰ 1661.75 ਫੁੱਟ ਤੱਕ ਪਹੁੰਚ ਗਿਆ ਤੇ ਪਾਣੀ ਦੀ ਆਮਦ 6259 ਕਿਊਸਿਕ ਰਿਕਾਰਡ ਕੀਤੀ ਗਈ ਜਦ ਕਿ ਪਾਖੜਾ ਡੈਮ ਤੋਂ ਟਰਬਾਈਨ ਰਾਹੀਂ ਸਿਰਫ 41640 ਕਿਊਸਿਕ ਪਾਣੀ ਛੱਡਿਆ ਗਿਆ ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ਦੇ ਵਿੱਚ 12350 ਕਿਊਸਿਕ ਅਨੰਦਪੁਰ ਸਾਹਿਬ ਹਾਈਡਲ ਨਹਿਰ ਦੇ ਵਿੱਚ 10150 ਕਿਊਸਿਕ ਤੇ ਸਤਲੁਜ ਦਰਿਆ ਦੇ ਵਿੱਚ 19400 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਪਾਖੜਾ ਡੈਮ 1680 ਦੇ ਖਤਰੇ ਦੇ ਨਿਸ਼ਾਨ ਤੋਂ ਹਲੇ ਵੀ 19 ਫੋਟ ਥੱਲੇ ਹੈ ਪਰ ਇਹ ਖਤਰਾ ਕਿਸੇ ਵੀ ਵਕਤ ਵੱਧ ਸਕਦਾ ਹੈ